ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਜਿਸਨੇ ਕਿ ਬਾਈਕ ਸਵਾਰਾਂ ਨੂੰ ਟੱਕਰ ਮਾਰੀ ਹੈ। ਹਾਲਾਂਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਿਹਾ ਜਾ ਰਿਹਾ ਜੋ ਬਾਈਕ ਸਵਾਰ ਨੇ ਉਹ ਕਰੀਬ 10 ਫੁੱਟ ਦੂਰ ਜਾ ਕੇ ਡਿੱਗੇ ਨੇ, ਜਿਸ ਦੇ ਕਾਰਨ ਦੋਵੇਂ ਹੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਫਿਲਹਾਲ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਕਾਰ ਚਾਲਕ ਮੌਕੇ ਤੋਂ ਦੂਸਰੀ ਸਾਈਡ ਤੋਂ ਹੁੰਦਾ ਹੋਇਆ ਕਾਰ ਸਮੇਤ ਹੀ ਫਰਾਰ ਹੋ ਗਿਆ। ਲੋਕਾਂ ਨੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਕਾਬੂ ਨਹੀਂ ਆ ਸਕਿਆ। ਕਿਹਾ ਜਾ ਰਿਹਾ ਕਿ ਉਸਦਾ ਪਿੱਛਾ ਵੀ ਕੀਤਾ ਗਿਆ ਪਰ ਉਸਨੇ ਆਪਣੀ ਗੱਡੀ ਇੰਨੀ ਤੇਜ਼ ਭਜਾਈ ਕਿ ਕੋਈ ਵੀ ਉਸਨੂੰ ਫੜ ਨਾ ਸਕਿਆ। ਹਾਲਾਂਕਿ XUV ਇਹ ਗੱਡੀ ਦੱਸੀ ਜਾ ਰਹੀ ਹੈ ਜਿਸਨੇ ਕਿ ਬਾਈਕ ਸਵਾਰਾਂ ਨੂੰ ਜ਼ਬਰਦਸਤ ਟੱਕਰ ਮਾਰੀ ਹੈ। ਹਾਲਾਂਕਿ ਬਾਈਕ ਸਵਾਰ ਜਦੋਂ ਕੱਟ ਦੇ ਉੱਤੋਂ ਮੁੜਨ ਲੱਗੇ ਤਾਂ ਉਸ ਸਮੇਂ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਨੂੰ ਜ਼ੋਰਦਾਰ ਟੱਕਰ ਮਾਰੀ। ਹਾਲਾਂਕਿ ਟੱਕਰ ਜੋ ਹੈ ਆਮੋ ਸਾਹਮਣੇ ਦੀ ਸੀ, ਜਿਸ ਦੇ ਵਿੱਚ ਬਾਈਕ ਸਵਾਰ ਜੋ ਨੇ ਹਵਾ ਦੇ ਵਿੱਚ ਉੱਛੜ ਕੇ ਜ਼ਮੀਨ ਤੇ ਵੱਜੇ, ਜਿਸ ਦੇ ਵਿੱਚ ਬਾਈਕ ਦਾ ਸਾਰਾ ਚਕਨਾਚੂਰ ਹੋਇਆ ਹੀ ਹੋਇਆ, ਉੱਥੇ ਦੋਵਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਨੇ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਥਾਣੇ ਦੇ ਚੱਕਰ ਉਹ ਲਾ ਕੇ ਅੱਕ ਚੁੱਕੇ ਨੇ ਪਰ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਹਾਲਾਂਕਿ ਸਾਰੀ ਹੀ ਘਟਨਾ ਕੋਲ ਲੱਗੇ ਇੱਕ CCTV ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਕੱਟ ਨਜ਼ਰ ਆ ਰਿਹਾ ਤੇ ਇਸ ਕੱਟ ਤੋਂ ਹੀ ਜਿਵੇਂ ਬਾਈਕ ਸਵਾਰ ਮੁੜਨ ਲੱਗੇ ਤਾਂ ਨਾਲ ਹੀ ਆ ਰਹੀ ਇੱਕ ਕਾਰ ਨੇ ਇਹਨਾਂ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਬਾਈਕ ਸਵਾਰ ਹਵਾ ਦੇ ਵਿੱਚ ਉੱਛਲ ਕੇ 10 ਫੁੱਟ ਦੂਰ ਜਾ ਕੇ ਜ਼ਮੀਨ ਤੇ ਗਿਰਦੇ ਨੇ। ਹਾਲਾਂਕਿ ਮੌਕੇ ਦੇ ਉੱਤੇ ਲੋਕਾਂ ਦੇ ਵੱਲੋਂ ਤੁਰੰਤ ਹੀ ਇਸ ਕਾਰ ਸਵਾਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਾਰ ਸਵਾਰ ਦੇ ਵੱਲੋਂ ਪਹਿਲਾਂ ਆਪਣੀ ਗੱਡੀ ਕਾਫੀ ਸਪੀਡ ਦੇ ਵਿੱਚ ਬੈਕ ਕੀਤੀ ਜਾਂਦੀ ਹੈ ਤੇ ਬੈਕ ਕਰਨ ਤੋਂ ਬਾਅਦ ਰੋਂਗ ਸਾਈਡ ਤੋਂ ਹੁੰਦਾ ਹੋਇਆ ਇੱਕ ਵਾਰ ਫਿਰ ਤੋਂ ਕਿਹਾ ਜਾ ਸਕਦਾ ਹੈ ਕਿ ਹਾਦਸਿਆਂ ਨੂੰ ਸੱਦਾ ਦਿੰਦਾ ਹੋਇਆ ਉੱਥੋਂ ਫਰਾਰ ਹੋ ਗਿਆ। ਹਾਲਾਂਕਿ ਗਨੀਮਤ ਰਹੀ ਹੈ ਕਿ ਰੋਂਗ ਸਾਈਡ ਤੋਂ ਕੋਈ ਗੱਡੀ ਨਹੀਂ ਸੀ ਆ ਰਹੀ, ਜਿਸ ਦੇ ਕਾਰਨ ਇਹ ਕਾਰ ਸਵਾਰ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਹੋਇਆ। ਤਾਂ ਲੁਧਿਆਣਾ ਦੀ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਤੇਜ਼ ਰਫ਼ਤਾਰ XUV ਕਾਰ ਨੇ ਬਾਈਕ ਸਵਾਰਾਂ ਨੂੰ ਟੱਕਰ ਮਾਰ ਦਿੱਤੀ ਹੈ। ਹਾਲਾਂਕਿ ਤੁਸੀਂ ਵੀ ਇਹ ਵੀਡੀਓ ਦੇਖੋ ਤੇ ਤੁਹਾਡੇ ਮੁਤਾਬਿਕ ਇਹ ਕਿਸ ਦੀ ਗਲਤੀ ਦੇ ਨਾਲ ਹਾਦਸਾ ਵਾਪਰਿਆ। ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਜਿਸਨੇ ਕਿ ਬਾਈਕ ਸਵਾਰਾਂ ਨੂੰ ਟੱਕਰ ਮਾਰੀ ਹੈ। ਹਾਲਾਂਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਿਹਾ ਜਾ ਰਿਹਾ ਜੋ ਬਾਈਕ ਸਵਾਰ ਨੇ ਉਹ ਕਰੀਬ 10 ਫੁੱਟ ਦੂਰ ਜਾ ਕੇ ਡਿੱਗੇ ਨੇ, ਜਿਸ ਦੇ ਕਾਰਨ ਦੋਵੇਂ ਹੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਫਿਲਹਾਲ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਕਾਰ ਚਾਲਕ ਮੌਕੇ ਤੋਂ ਦੂਸਰੀ ਸਾਈਡ ਤੋਂ ਹੁੰਦਾ ਹੋਇਆ ਕਾਰ ਸਮੇਤ ਹੀ ਫਰਾਰ ਹੋ ਗਿਆ। ਲੋਕਾਂ ਨੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਕਾਬੂ ਨਹੀਂ ਆ ਸਕਿਆ। ਕਿਹਾ ਜਾ ਰਿਹਾ ਕਿ ਉਸਦਾ ਪਿੱਛਾ ਵੀ ਕੀਤਾ ਗਿਆ ਪਰ ਉਸਨੇ ਆਪਣੀ ਗੱਡੀ ਇੰਨੀ ਤੇਜ਼ ਭਜਾਈ ਕਿ ਕੋਈ ਵੀ ਉਸਨੂੰ ਫੜ ਨਾ ਸਕਿਆ। ਹਾਲਾਂਕਿ XUV ਇਹ ਗੱਡੀ ਦੱਸੀ ਜਾ ਰਹੀ ਹੈ ਜਿਸਨੇ ਕਿ ਬਾਈਕ ਸਵਾਰਾਂ ਨੂੰ ਜ਼ਬਰਦਸਤ ਟੱਕਰ ਮਾਰੀ ਹੈ। ਹਾਲਾਂਕਿ ਬਾਈਕ ਸਵਾਰ ਜਦੋਂ ਕੱਟ ਦੇ ਉੱਤੋਂ ਮੁੜਨ ਲੱਗੇ ਤਾਂ ਉਸ ਸਮੇਂ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਨੂੰ ਜ਼ੋਰਦਾਰ ਟੱਕਰ ਮਾਰੀ। ਹਾਲਾਂਕਿ ਟੱਕਰ ਜੋ ਹੈ ਆਮੋ ਸਾਹਮਣੇ ਦੀ ਸੀ, ਜਿਸ ਦੇ ਵਿੱਚ ਬਾਈਕ ਸਵਾਰ ਜੋ ਨੇ ਹਵਾ ਦੇ ਵਿੱਚ ਉੱਛੜ ਕੇ ਜ਼ਮੀਨ ਤੇ ਵੱਜੇ, ਜਿਸ ਦੇ ਵਿੱਚ ਬਾਈਕ ਦਾ ਸਾਰਾ ਚਕਨਾਚੂਰ ਹੋਇਆ ਹੀ ਹੋਇਆ, ਉੱਥੇ ਦੋਵਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਨੇ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਥਾਣੇ ਦੇ ਚੱਕਰ ਉਹ ਲਾ ਕੇ ਅੱਕ ਚੁੱਕੇ ਨੇ ਪਰ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਹਾਲਾਂਕਿ ਸਾਰੀ ਹੀ ਘਟਨਾ ਕੋਲ ਲੱਗੇ ਇੱਕ CCTV ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਕੱਟ ਨਜ਼ਰ ਆ ਰਿਹਾ ਤੇ ਇਸ ਕੱਟ ਤੋਂ ਹੀ ਜਿਵੇਂ ਬਾਈਕ ਸਵਾਰ ਮੁੜਨ ਲੱਗੇ ਤਾਂ ਨਾਲ ਹੀ ਆ ਰਹੀ ਇੱਕ ਕਾਰ ਨੇ ਇਹਨਾਂ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਬਾਈਕ ਸਵਾਰ ਹਵਾ ਦੇ ਵਿੱਚ ਉੱਛਲ ਕੇ 10 ਫੁੱਟ ਦੂਰ ਜਾ ਕੇ ਜ਼ਮੀਨ ਤੇ ਗਿਰਦੇ ਨੇ। ਹਾਲਾਂਕਿ ਮੌਕੇ ਦੇ ਉੱਤੇ ਲੋਕਾਂ ਦੇ ਵੱਲੋਂ ਤੁਰੰਤ ਹੀ ਇਸ ਕਾਰ ਸਵਾਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਾਰ ਸਵਾਰ ਦੇ ਵੱਲੋਂ ਪਹਿਲਾਂ ਆਪਣੀ ਗੱਡੀ ਕਾਫੀ ਸਪੀਡ ਦੇ ਵਿੱਚ ਬੈਕ ਕੀਤੀ ਜਾਂਦੀ ਹੈ ਤੇ ਬੈਕ ਕਰਨ ਤੋਂ ਬਾਅਦ ਰੋਂਗ ਸਾਈਡ ਤੋਂ ਹੁੰਦਾ ਹੋਇਆ
ਇੱਕ ਵਾਰ ਫਿਰ ਤੋਂ ਕਿਹਾ ਜਾ ਸਕਦਾ ਹੈ ਕਿ ਹਾਦਸਿਆਂ ਨੂੰ ਸੱਦਾ ਦਿੰਦਾ ਹੋਇਆ ਉੱਥੋਂ ਫਰਾਰ ਹੋ ਗਿਆ। ਹਾਲਾਂਕਿ ਗਨੀਮਤ ਰਹੀ ਹੈ ਕਿ ਰੋਂਗ ਸਾਈਡ ਤੋਂ ਕੋਈ ਗੱਡੀ ਨਹੀਂ ਸੀ ਆ ਰਹੀ, ਜਿਸ ਦੇ ਕਾਰਨ ਇਹ ਕਾਰ ਸਵਾਰ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਹੋਇਆ। ਤਾਂ ਲੁਧਿਆਣਾ ਦੀ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਤੇਜ਼ ਰਫ਼ਤਾਰ XUV ਕਾਰ ਨੇ ਬਾਈਕ ਸਵਾਰਾਂ ਨੂੰ ਟੱਕਰ ਮਾਰ ਦਿੱਤੀ ਹੈ। ਹਾਲਾਂਕਿ ਤੁਸੀਂ ਵੀ ਇਹ ਵੀਡੀਓ ਦੇਖੋ ਅਤੇ ਤੁਹਾਡੇ ਮੁਤਾਬਿਕ ਇਹ ਕਿਸ ਦੀ ਗਲਤੀ ਦੇ ਨਾਲ ਹਾਦਸਾ ਵਾਪਰਿਆ।